कुरुक्षेत्र के गुरुद्वारा बैकुंठ धाम में गुरु अर्जन देव की शहादत को याद करते हुए विशाल गुरुमत समागम का आयोजन किया गया। इस मौके पर देश और कौम के लिए शहीदों की शहादत को याद किया गया तथा नमन किया गया। इस समारोह में कुरुक्षेत्र के उपायुक्त डॉक्टर SS फुलिया तथा तानेसर नगर परिषद की अध्यक्षा उमा सुधा भी शामिल हुई। इस अवसर पर दूर दूर से संगत पहुंची और भक्तिभाव के साथ शब्द कीर्तन भी हुआ। चलिए आपको दिखाते हैं विशाल गुरुमत समागम की कुछ खूबसूरत झलकियां। सेवा भावना बख्श करनी सदा चढ़दी कला बख्श करनी शहीदां ਗੁਰਮੁਖ ਪਿਆਰੇ ਪਹੁੰਚੇ ਨੇ ਸਾਡੇ ਜਥੇਦਾਰ ਸਾਹਿਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਗੁਰੂ ਕੇ ਪਾਵਨ ਦਰਬਾਰ ਵਿੱਚ ਸੇਵਾ ਕਰਨਗੇ। ਉਹਨਾਂ ਤੋਂ ਬਾਅਦ ਤਰ੍ਹਾਂ ਦੀ ਲੜਾਈ ਹੈ, ਇੱਕ ਹੈ ਵਿਚਾਰਧਾਰਾ ਦੀ ਲੜਾਈ, ਪੱਤਾਂ ਵਿੱਚ ਤੇ ਜਿੱਤ ਨਹੀਂ ਸਕਦਾ ਹਾਰ ਜਾਵਾਂਗਾ ਕਿਉਂਕਿ ਮੇਰੀ ਗੱਲ ਵਿੱਚ ਦਮ ਨਹੀਂ, ਮੇਰੇ ਵਿਚਾਰ ਬਹੁਤਾ ਦੂਰ ਨਾ ਜਾਓ। ਤੁਸੀਂ ਪੋਸਟਰ ਲਾਇਆ ਸਾਹਮਣੇ, ਇੱਕ ਪਾਸੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ, ਹੁਣ ਇੱਕ ਪਾਸੇ ਵਿਚਾਰਧਾਰਾ ਹੈ। ਸੰਤ ਬਾਬਾ ਜਰਨੈਲ ਸਿੰਘ ਨੇ ਖਾਲਸਾ ਪੰਡਾਂ ਵਾਲੇ ਚਾਡੇ ਪੰਜ ਹਨੇਰਾ ਸੀ, ਸੱਖਣਾ ਡਰ ਹਮੇਸ਼ਾ ਹਨੇਰੇ ਵਿੱਚ ਲੱਗਦਾ। ਮਤਾਵਾਂ ਭੈਣਾਂ ਤੁਸੀਂ ਬੈਠੇ ਹੋ, ਸਾਡੇ ਘਰਾਂ ਚ ਰੋਜ਼ ਘਟਨਾਵਾਂ ਘਟਦੀਆਂ। ਲੋਕਾਂ ਬੜਾ ਮੇਰਾ ਮਾਣ ਤੁਹਾਨੂੰ ਹੋਏਗਾ, ਹੋ ਸਕਦਾ ਮਾਣ ਆ ਜਾਏ, ਆ ਜਾਂਦਾ ਜੀ। ਜਿਹੜਾ ਗੁਮਾਨ ਹੈ ਨਾ, ਅਹੰਕਾਰ, ਮਾਣ, ਧਿਆਨ ਰੱਖੋ ਭੈਣੋ, ਇਹ ਸਭ ਕੁਛ ਇੱਥੇ ਆਏਗਾ। ਅਰੇ ਬਿਨ ਬੁਲਾਇਆ ਮਹਿਮਾਨ ਹੈ, ਇਹਨੂੰ ਬੁਲਾਉਣ ਦੀ ਲੋੜ ਨਹੀਂ। ਤੁਸੀਂ ਕਦੀ ਨੋਟ ਕਰੋ, ਆਪਾਂ ਗੁਰੂ ਘਰਾਂ ਵਿੱਚ ਜਾਂਦੇ ਹਾਂ, ਚੇਂਜ ਕਰਦੇ ਹਾਂ, ਕਹਿੰਦੇ ਆਪ ਗਵਾਏ ਸੇਵਾ ਕਰੇ ਤਾਂ ਵਿੱਚ ਪਾਏ ਮਾਨ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ
ਆਏ ਸਾਲ ਦੀ ਤਰ੍ਹਾਂ ਗੁਰਦੁਆਰਾ ਬੈਕੁੰਠ ਧਾਮ ਸੇਵਾ ਸੁਸਾਇਟੀ ਕੇ ਦੁਆਰਾ ਕੁਰਕਸ਼ੇਤਰ ਦੇ ਵਿੱਚ ਇੱਕ ਬਹੁਤ ਵੱਡਾ ਗੁਰਮਤਿ ਸਮਾਗਮ ਕਰਾਇਆ ਜਾ ਰਿਹਾ ਹੈ, ਜਿਹਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਹਿੱਸਾ ਲੈ ਰਹੀਆਂ ਨੇ। ਇਹ ਜਿਹੜਾ ਸਮਾਗਮ ਹੈ ਗੁਰੂ ਸਾਹਿਬ ਜੀ ਦੀ ਮਿੱਠੀ ਸ਼ਹਾਦਤ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਅਡੋਲ ਸ਼ਹਾਦਤ ਦੇ ਕੇ ਸਿੱਖ ਕੌਮ ਦੇ ਵਿੱਚ ਇੱਕ ਸ਼ਹਾਦਤ ਦੀ ਇੱਕ ਨੀਂਹ ਰੱਖੀ ਸੀ, ਜਿਹਦੇ ਵਿੱਚ ਸਾਡੀ ਸ਼ਹਾਦਤਾਂ 'ਤੇ ਜਿਨ੍ਹਾਂ 'ਤੇ ਸਾਨੂੰ ਮਾਣ ਹੈ ਉਹਨਾਂ ਸ਼ਹਾਦਤਾਂ ਦਾ ਕਰਮ ਉਸ ਤੋਂ ਬਾਅਦ ਚੱਲਿਆ। ਅਤੇ ਦੁਨੀਆ ਨੂੰ ਦੁਨੀਆ ਦੇ ਵਿੱਚ ਸਭ ਤੋਂ ਵੱਡੀਆਂ ਅਗਰ ਸ਼ਹਾਦਤਾਂ ਕਿਸੇ ਧਰਮ ਦੇ ਵਿੱਚ ਨੇ ਉਹ ਸਿੱਖ ਕੌਮ ਦੇ ਵਿੱਚ ਨੇ, ਭਾਵੇਂ ਉਹ 7 ਸਾਲ ਅਤੇ 9 ਸਾਲ ਦੇ ਬੱਚੇ ਤੋਂ ਲੈ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਲੈ ਕੇ ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਸ਼ਹਾਦਤ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੈ, ਹਿੰਦੁਸਤਾਨ ਦੇ ਲਈ, ਇਹ ਹਿੰਦੂ ਧਰਮ ਦੇ ਲਈ, ਸਿੱਖ ਕੌਮ ਦੇ ਲਈ ਆਪਣੀ ਸ਼ਹਾਦਤਾਂ ਦਿੱਤੀਆਂ ਨੇ। ਇਸ ਸ਼ਹਾਦਤਾਂ ਨੂੰ ਸਮਰਪਿਤ ਇਹ ਸਮਾਗਮ ਹੈ ਅਤੇ ਇਹਦੇ ਵਿੱਚ ਕੁਰਕਸ਼ੇਤਰ ਦੀ ਸਾਰੀ ਸੰਗਤਾਂ ਨੂੰ ਦੇ ਸਹਿਯੋਗ ਦੇ ਨਾਲ ਇਹ ਸਮਾਗਮ ਮਨਾਏ ਜਾ ਰਹੇ ਨੇ, ਜਿਹਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਨਾਲ ਸੰਗਤਾਂ ਅਤੇ ਪ੍ਰਸ਼ਾਸਨ ਸਹਿਯੋਗ ਕਰ ਰਿਹਾ। ਅਸੀਂ ਸਾਰੀ ਸੰਗਤਾਂ ਦਾ ਧੰਨਵਾਦ ਕਰਦੇ ਹਾਂ। ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਕੁਰਕਸ਼ੇਤਰ ਦੀਆਂ ਸਾਰੀਆਂ ਜਥੇਬੰਦੀਆਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਹ ਬੈਂਕੁਟ ਧਰਮ ਗੁਰਦੁਆਰਾ ਸਾਹਿਬ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਹਰ ਸਾਲ ਦੀ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮਿੱਠੀ ਯਾਦ 'ਚ ਇਹ ਸਮਾਗਮ ਮਨਾਇਆ ਜਾ ਰਿਹਾ। ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 'ਚ ਹੋਇਆ ਸੀ ਅਤੇ ਉਹਨਾਂ ਨੇ ਸਭ ਤੋਂ ਵੱਡਾ ਕਾਰਜ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਸਰੋਵਰ ਦੀ ਅਤੇ ਹਰਿਮੰਦਰ ਸਾਹਿਬ ਦੀ ਸਥਾਪਨਾ ਕਰਕੇ ਸੰਪੂਰਨ ਕੀਤਾ। 18 ਸਾਲ ਦੀ ਉਮਰ 'ਚ ਹੀ ਉਹਨਾਂ ਨੂੰ ਗੁਰਗੱਦੀ ਦੀ ਸੇਵਾ ਮਿਲੀ ਸੀ ਅਤੇ ਉਹਨਾਂ ਨੇ ਵਰਲਡ ਦੇ ਇਤਿਹਾਸ ਦੇ ਵਿੱਚ ਜਿਹੜੀ ਉਹਨਾਂ ਦੀ ਸ਼ਹਾਦਤ ਆ, ਤੱਤੀਆਂ ਤਵੀਆਂ 'ਤੇ ਬੈਠ ਕੇ ਵੀ ਅਡੋਲ ਰਹਿ ਕੇ ਸਮੁੱਚੀ ਕੌਮ ਨੂੰ, ਸਮੁੱਚੀ ਦੁਨੀਆ ਨੂੰ ਸ਼ਾਂਤੀ ਦਾ ਉਪਦੇਸ਼ ਉਹਨਾਂ ਨੇ ਦਿੱਤਾ। ਉਹਨਾਂ ਦੀ ਸ਼ਹਾਦਤ ਨੂੰ ਸਮੁੱਚਾ ਸਾਧ ਸੰਗਤ ਅੱਜ ਉਹਨਾਂ ਨੂੰ ਨਮਨ ਕਰਦੀ ਹੈ ਅਤੇ ਪਰਮ ਪਿਤਾ ਪਰਮਾਤਮਾ ਤੋਂ ਇਹੀ ਆਸ਼ੀਰਵਾਦ ਮੰਗਦੀ ਆ ਕਿ ਪਰਮਾਤਮਾ ਸਮੁੱਚੀ ਸਾਧ ਸੰਗਤ 'ਤੇ ਇਹ ਇਸ ਤਰ੍ਹਾਂ ਦਾ ਪ੍ਰਕਾਰ ਹੁੰਦਾ ਰਹੇ। ਅੱਜ ਇਹ ਬੈਂਕੁਟ ਧਰਮ ਸਾਹਿਬ ਸੁਸਾਇਟੀ ਜਿਹੜੀ ਗੁਰਦੁਆਰਾ ਸੁਸਾਇਟੀ ਆ, ਇਹਨਾਂ ਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਇਹਨਾਂ ਨੇ ਜੋ ਹਰ ਸਾਲ ਦੀ ਤਰ੍ਹਾਂ ਉਪਰਾਲਾ ਕੀਤਾ, ਮੈਂ ਇਹਨਾਂ ਸਾਰਿਆਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਅਰਥ ਪ੍ਰਕਾਸ਼ ਕੇ ਲੀਏ ਕੁਰੂਕਸ਼ੇਤਰ ਸੇ ਕਲਤਾਰ ਸਿੰਘ ਕੀ ਰਿਪੋਰਟ। ताज़ा अपडेट्स के लिए अर्थप्रकाश टीवी को सब्सक्राइब करें और बेल आइकन को प्रेस करें।